बिजली का काम करने वाला युवक अचानक हाई वोल्टेज तारों से निकलने वाले करंट की चपेट में आकर बुरी तरह से झुलस गया, जिसे बेसुध हालत में पहले चौहान अस्पताल में इलाज के लिए दाखिल करवाया गया, लेकिन हालत नाजुक देखते हुए युवक को सिविल अस्पताल पठानकोट रेफर कर दिया गया, जहां डॉक्टरों ने युवक को मृत घोषित करार दिया। वहीं मौके पर पहुंचे युवक के घर वालों ने मामले को लेकर निष्पक्ष जाँच और इंसाफ की मांग की है। मेरा भाई जितेंद्र, ਘਟਨਾ ਭਾਅ ਜੀ ਸ਼ੌਕ ਲੱਗਿਆ, ਹੈਵੀ ਸ਼ੌਕ ਲੱਗਿਆ, 11 KV ਸ਼ੌਕ ਲੱਗਿਆ, ਅਤੇ 11 KV ਦੀ ਤੁਹਾਨੂੰ ਪਤਾ ਵੀ ਉਹਦੇ ਵਿੱਚ ਜਿਹੜਾ ਰਿਕਵਰੀ ਜਿਹੜੀ ਉਹ ਨਾਂ ਦੇ ਬਰਾਬਰੀ ਹੁੰਦੀ ਹੈ ਜੀ, ਅਤੇ ਅਣਜਾਣ ਪੌਣੇ 'ਚ ਲੱਗਿਆ, ਜਿੱਦਾਂ ਮਤਲਬ ਇਨਗੈਲੀ ਕਹਿ ਸਕਦੇ ਹਾਂ ਜੀ, ਲਾਈਫ ਸਪਲਾਈ ਨਾਲ ਉਹਨਾਂ ਟੱਚ ਹੋਇਆ, ਹੱਥ ਟੱਚ ਹੋਣ ਨਾਲ ਸਡਨਲੀ ਉਹਨਾਂ ਨੂੰ ਅਚਾਨਕ ਹੀ ਜਿਹੜਾ ਕਰੰਟ ਜਿਹੜਾ ਪਾਸ ਹੋਇਆ ਉਹਦੀ ਬੋਡੀ 'ਚ ਪਾਸ ਹੋਣ, ਅਤੇ ਜਿਹੜਾ ਹੁੰਦਾ ਆਪਣੇ ਸਰੀਰਕ ਸੰਤੁਲਨ ਜਿਹੜਾ ਵਿਗੜਿਆ ਅਤੇ ਥੱਲੇ ਡਿੱਗ ਗਿਆ, ਥੱਲੇ ਡਿੱਗਣ ਨਾਲ ਜਿਹੜਾ ਹੁੰਦਾ ਸਾਹ ਦਾ ਥੋੜ੍ਹਾ ਆਪਣੇ ਦਿਲ ਦੀ ਧੜਕਣ ਦਾ ਜਿਹੜਾ ਉਹ ਥੋੜ੍ਹਾ ਮਤਲਬ ਹੋ ਗਿਆ, ਦਿੱਕਤ 'ਚ ਆ ਗਿਆ ਕੰਮ। ਉਹ ਤੋਂ ਬਾਅਦ ਅਸੀਂ ਫਸਟ ਏਡ ਲੈਣ ਦੇ ਤੌਰ 'ਤੇ ਅਸੀਂ ਹੋਸਪਿਟਲ ਲੈ ਗਏ ਉਹਨਾਂ ਨੂੰ, ਆਪਣੇ ਚੌਹਾਨ ਹੋਸਪਿਟਲ ਲੈਣ ਤੋਂ ਉਪਰੰਤ ਉਹਨਾਂ ਨੂੰ ਚੈਕਿੰਗ ਤੋਂ ਬਾਅਦ ਉਹਨਾਂ ਨੇ ਰੈਫਰ ਕੀਤਾ ਉਹਨੂੰ ਸਿਵਲ ਹੋਸਪਿਟਲ। ਠੀਕ, ਉਹ ਮੈਂ ਤਾਂ ਨਾਲ ਨਹੀਂ ਹੈਗਾ, ਮੈਂ ਤਾਂ ਹੁਣੇ ਆਇਆ ਜਸਟ, ਇਹ ਮੁੰਡਾ ਨਾਲ ਹੀ ਵੈਸੇ। ਹਾਂਜੀ, ਮੈਂ ਉਹਦਾ ਜੀਜਾ ਲੱਗੂ। ਹਾਂਜੀ, ਇਹ BSNL 'ਚ ਕਰਦੇ। ਹਾਂਜੀ, ਇਹਦਾ ਮਨੀਸ਼ ਜਕਰੋਲ। ਹਾਂਜੀ, ਇਹ ਰਸ਼ਪਾਲਮਾ ਦੇ ਨਜ਼ਦੀਕ ਹੀ ਆ, 1.5 ਕਿਲੋਮੀਟਰ ਦੇ। ਸਰ ਮੰਗ ਇਹੀ ਹੈ ਵੀ ਇਨਗੈਲੀ ਆ, ਇਨਗੈਲੀ ਦੇ ਕਾਰਨ ਜਿਹੜੀ ਬੱਚੇ ਦੀ ਜਾਨ ਗਈ ਆ, ਬੱਚਾ ਥੋੜ੍ਹਾ ਅਣਜਾਣ ਆ, ਛੋਟੀ ਉਮਰ ਦਾ, ਇਹਦੀ 20 ਦੇ ਨੀਅਰ ਅਬਾਊਟ ਹੀ, 20-21 ਦੇ ਪਲੱਸ ਹੋ ਗਿਆ। ਜੇ ਮਚਿਓਰ ਬੰਦਾ ਹੋਇਆ ਉਹ 11 KV ਤੋਂ ਬਿਲਕੁਲ ਹੀ ਜਿਹੜਾ ਆ ਉਹ ਲਿੰਕ 'ਚ ਨਹੀਂ ਆਉਂਦਾ। ਠੀਕ ਹੈ ਜੀ, ਅਸੀਂ ਵੀ ਲਾਈਫ ਸਪਲਾਈ ਦਾ ਕੰਮ ਕਰਦੇ ਹਾਂ, 11 KV 'ਤੇ ਕਰਦੇ ਹਾਂ, 240 'ਤੇ ਕਰਦੇ ਹਾਂ। ਠੀਕ ਹੈ ਜੀ, 11 KV ਹੈ ਜਿਹੜੀ, ਉਹਦੇ ਤੋਂ 5 ਫੁੱਟ ਦੀ ਦੂਰੀ ਘੱਟੋ ਘੱਟ ਵੀ ਬੰਦੇ ਦੀ ਹੋਣੀ ਚਾਹੀਦੀ ਆ, ਅਤੇ ਇਹ ਬੱਚਾ ਤਾਂ ਵਿਚਾਰਾ ਨਜ਼ਦੀਕ ਪਹੁੰਚ ਗਿਆ ਅਤੇ ਉਹ ਦੂਰੋਂ ਚੱਕ ਲੈਂਦੀ ਹੈ 11 KV, ਬਖਸ਼ਦੀ ਥੋੜ੍ਹੀ ਆ। ਅਜੇ ਨਾ ਫਰੈਂਡ, ਬਾਕੀ ਵਰਕਰ ਨਾਲ ਇਕੱਠੇ ਕੰਮ ਕਰ ਰਹੇ ਸੀ। ਫਿਰ ਘਟਨਾ ਹੈਗੀ, ਇੱਥੇ ਸ਼ੋਰੇ ਗੱਲਾਂ 'ਚ ਫਾਲਟ ਪਿਆ ਸੀਗਾ ਇੱਕ ਕਸਟਮਰ ਦਾ, ਅਤੇ ਉਹਨੂੰ ਅਸੀਂ ਤਾਰ ਟੁੱਟੀ ਹੋਈ ਸੀ, ਤਾਰ ਟੁੱਟਣ ਤੋਂ ਬਾਅਦ ਅਸੀਂ ਨਵੀਂ ਤਾਰ ਵਿਛਾਈ, ਨਵੀਂ ਤਾਰ ਵਿਛਾਉਣ ਤੋਂ ਬਾਅਦ ਅਸੀਂ ਉੱਪਰ ਬੰਨਣ ਲੱਗੇ, ਬੰਨਣ ਟਾਈਮ ਥੋੜ੍ਹੀ ਹਾਈਟ 'ਤੇ ਮੁੰਡਾ ਜ਼ਿਆਦਾ ਚੜ ਗਿਆ, ਹੈ ਨਾ, ਅਤੇ ਉੱਪਰ ਹਾਈਟ ਜਾਣ ਤੋਂ ਬਾਅਦ 11 KV ਨਾਲ ਲੰਘੇ ਗਏ ਸੀ, ਅਤੇ ਉਹਦੇ ਨਾਲ ਬਾਂਹ ਟੱਚ ਹੋ ਗਈ, ਬਾਂਹ ਟੱਚ ਕਰਨ ਤੋਂ ਬਾਅਦ ਮਲਕੀ ਥੱਲੇ ਡਿੱਗਿਆ ਅਤੇ ਮੌਕੇ ਤੋਂ ਰਾਹਤ ਹੋ ਗਿਆ। ਨਮਸਕਾਰ, ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ 'ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ 'ਚ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ, ਤੁਹਾਡੇ ਦੁੱਖ ਸੁੱਖ 'ਚ ਹਾਜ਼ਰ ਹੈ। ਧੰਨਵਾਦ।